ਹਰਿਆਣਾ ਤੇ ਮਣੀਪੁਰ ਦੀ ਗੱਲ ਵੀ ਕਰ ਲੈਣੇ ਆ ਗੁਰੂਗਰਾਮ ਦੇ ਵਿੱਚ ਮੁਸਲਮਾਨਾਂ ਦੇ ਬਾਈਕਾਟ ਅਤੇ ਮਸੀਤਾਂ ਬੰਦ ਕਰਵਾਉਣ ਸੰਬੰਧੀ ਦਿੱਤੇ ਸਦਿਆਂ ਦਰਮਿਆਨ ਸੁਪਰੀਮ ਕੋਰਟ ਦੇ ਵਿੱਚ ਇੱਕ ਨਵੀਂ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ ਰਾਹੀਂ ਫਿਰਕੂ ਤਣਾ ਦਾ ਮਾਹੌਲ ਪੈਦਾ ਕਰਨ ਵਾਲਿਆਂ ਖਿਲਾਫ ਉਚਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੀਨੀਅਰ ਐਡਵੋਕੇਟ ਕਪਲ ਸਿੱਬਲ ਨੇ ਚੀਫ ਜਸਟਿਸ ਡੀਵਾਈ ਚੰਦਰਚੂਟ ਦੇ ਬੈਂਚ ਮੂਰੇ ਪਟੀਸ਼ਨ ਜਿਹੜੀ ਹੈ ਉਹਦੇ ਵੱਲ ਧਿਆਨ ਦਿਵਾਇਆ ਤੇ ਇਹ ਪਟੀਸ਼ਨ ਪੱਤਰਕਾਰ ਸ਼ਾਹੀਨ ਅਬਦੁੱਲਾ ਵੱਲੋਂ ਦਾਖਲ ਕੀਤੀ ਗਈ ਹੈ ਸਿਬਲ ਨੇ ਗੁਰੂਗ੍ਰਾਮ ਦੇ ਵਿੱਚ ਵਾਪਰਨ ਵਾਲੀਆਂ ਅਜਈਆਂ ਘਟਨਾਵਾਂ ਦੇ ਵੱਲ ਸੁਪਰੀਮ ਕੋਰਟ ਦਾ ਧਿਆਨ ਦਿਵਾਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਘੱਟ ਗਿਣਤੀਆਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਆਪਣੀਆਂ ਦੁਕਾਨਾਂ ਵਿੱਚ ਕੰਮ ਕਰਨ ਤੇ ਰੱਖਣ ਵਾਲਿਆਂ ਨੂੰ ਗਦਾਰ ਗਰਦਾਨਿਆਂ ਜਾਵੇਗਾ ਯਾਨੀ ਕਿ ਜਿਹੜੇ ਵੀ ਲੋਕ ਆਪਣੀਆਂ ਦੁਕਾਨਾਂ 'ਚ ਘੱਟ ਗਿਣਤੀ ਲੋਕਾਂ ਨੂੰ ਨੌਕਰੀ ਤੇ ਰੱਖਣਗੇ ਉਹਨਾਂ ਨੂੰ ਗਦਾਰ ਕਹਾਂਗੇ ਨੂ ਹਿੰਸਾ ਮੰਗਰੋ ਪਹਿਲੀ ਤੋਂ 7 ਅਗਸਤ ਤੱਕ ਪੰਜਾਬ ਹਰਿਆਣਾ ਤੇ ਯੂਪੀ 'ਚ 27 ਰੈਲੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਮੁਸਲਮਾਨਾਂ ਦੇ ਕਤਲ ਤੇ ਉਹਨਾਂ ਦੇ ਸਮਾਜਿਕ ਆਰਥਿਕ ਬਾਈਕਾਟ ਦਾ ਸ਼ਰਿਆਮ ਸੱਦਾ ਦਿੱਤਾ ਗਿਆ ਪਟੀਸ਼ਨ ਦੇ ਵਿੱਚ ਰੈਲੀਆਂ ਵੋਟਾਂ ਦੇ ਵੀਡੀਓ ਹਵਾਲੇ ਵੀ ਦਿੱਤੇ ਗਏ ਨੇ ਇਹ ਦਾਵਾ ਕੀਤਾ ਗਿਆ ਹੈ ਪਟੀਸ਼ਨ ਦੇ ਵਿੱਚ ਕਿ ਸਥਾਨਕ ਵਸਨੀਕਾਂ ਤੇ ਸਟੋਰ ਮਾਲਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਉਹ ਕਿਸੇ ਮੁਸਲਮ ਨੂੰ ਕੰਮ ਤੇ ਰੱਖਦੇ ਨਹੀਂ ਜਾਂ ਫਿਰ ਨਵਾਂ ਕੰਮ ਦਿੰਦੇ ਨਹੀਂ ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਸਿੱਧੀ ਨਾਲ ਨਜਿੱਠਣ ਲਈ ਕਾਨੂੰਨੀ ਪਹੁੰਚ ਦੀ ਲੋੜ ਹੈ ਤੇ ਸਰਵਉੱਚ ਅਦਾਲਤ ਨੂੰ ਧਿਆਨ ਦੇਣ ਦੀ ਲੋੜ ਹੈ ਉਧਰ ਹਰਿਆਣਾ ਸਰਕਾਰ ਨੇ ਨੂਹ ਦੇ ਡੀਐਸਪੀ ਜੈ ਪ੍ਰਕਾਸ਼ ਦਾ ਤਬਾਦਲਾ ਕਰ ਦਿੱਤਾ ਹੈ ਜਿਹੜੇ ਹੁਣ ਪੰਚਕੁਲਾ ਦੇ ਵਿੱਚ ਡੀਐਸਪੀ ਹੈੱਡਕੁਆਟਰ ਆਉਦਾ ਸਾਹਮਣਗੇ ਤੇ ਮੁਕੇਸ਼ ਕੁਮਾਰ ਨੂ ਦੇ ਨਵੇਂ ਡੀਐਸਪੀ ਦਾ ਆਉਦਾ ਸਾਹਮਣੇ ਗੁਰੂਗਰਾਮ ਦੇ ਵਿੱਚ ਕੱਲ ਇੱਕ ਮੀਟ ਦੀ ਦੁਕਾਨ ਤੇ ਹਮਲਾ ਕਰਨ ਦੀ ਖਬਰ ਮਿਲੀ ਹੈ ਸੀਆਰਪੀ ਚੌਂਕ ਦੇ ਨੇੜੇ ਸਥਿਤ ਮੀਟ ਦੀ ਦੁਕਾਨ ਤੇ ਹਮਲਾਵਰਾਂ ਨੇ ਪੱਥਰ ਸੁੱਟੇ ਤੇ ਦੁਕਾਨ ਮਾਲਕ ਮੁਹੰਮਦ ਜਾਵੀਦ ਜ਼ਖਮੀ ਹੋ ਗਿਆ ਯਾਨੀ ਕਿ ਮੁਸਲਿਮ ਦੀ ਦੁਕਾਨ ਤੇ ਹਮਲਾ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਇਸ ਹਮਲੇ ਦਾ ਸਬੰਧ ਹਰਿਆਣਾ ਚ ਵਾਪਰੀ ਫਿਰਕੂ ਹਿੰਸਾ ਨਾਲ ਹੋਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ ਤੇ ਪਿਛਲੇ ਦਿਨੀ ਗੁਰੂਗਰਾਮ ਦੇ ਖੰਡਾਸਾ ਪਿੰਡ ਦੇ ਵਿੱਚ ਮਸਜਿਦ ਨੂੰ ਅੱਗ ਲਾਉਣ ਵਾਲੇ ਪੰਜ ਮੁਲਜ਼ਮਾਂ 'ਚੋਂ ਤਿੰਨ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਇਹਨਾਂ ਦੀ ਪਛਾਣ ਗੁਲਸ਼ਨ ਵਿਜੇ ਤੇ ਲਲਿਤ ਵਜੋਂ ਹੋਈ ਹੈ ਜੋ ਇਸੇ ਪਿੰਡ ਦੇ ਹੀ ਰਹਿਣ ਵਾਲੇ ਨੇ ਹਾਲਾਂਕਿ ਏਸੀਪੀ ਅਪਰਾਧ ਵਰਣਨ ਦਈਆ ਨੇ ਦਾਵਾ ਕੀਤਾ ਕਿ ਸਾਰੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਸਨ ਇਸ ਘਟਨਾ ਦੀ ਯੋਜਨਾ ਉਹਨਾਂ ਨੇ ਬਣਾਈ ਤੇ ਮਜ਼ਾਰ ਵਿੱਚ ਐਤਵਾਰ ਰਾਤ ਨੂੰ ਅੱਗ ਲਾ ਦਿੱਤੀ ਫਿਰ ਭੱਜ ਗਏ ਹਰਿਆਣੇ ਦਾ ਇਹ ਸੇਕ ਯੂਪੀ ਤੱਕ ਵੀ ਪਹੁੰਚ ਰਿਹਾ ਹੈ ਯੂਪੀ ਪੁਲਿਸ ਨੇ ਗਾਜ਼ੀਆਬਾਦ ਦੇ ਕੁਝ ਇਲਾਕਿਆਂ ਚ ਮੁਸਲਮ ਦੁਕਾਨਦਾਰਾਂ ਤੋਂ ਸਮਾਨ ਨਾ ਖਰੀਦਣ ਦੇ ਪੋਸਟਰ ਲਾਉਣ ਖਿਲਾਫ ਚਾਰ ਜਣਿਆਂ ਖਿਲਾਫ ਦੋ ਕੇਸ ਦਰਜ ਕੀਤੇ ਨੇ ਇੱਕ ਮਾਮਲੇ ਚ ਇੱਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਪੋਸਟਰ ਵੀ ਸਾਰੇ ਹਟਾ ਦਿੱਤੇ ਗਏ ਨੇ ਕੱਲ ਹਰਿਆਣਾ ਕਾਂਗਰਸ ਦੇ 10 ਮੈਂਬਰੀ ਵਫ਼ਦ ਨੇ ਨੂ ਜ਼ਿਲ੍ਹੇ ਦਾ ਦੌਰਾ ਕਰਨ ਲਈ ਜਾਣਾ ਸੀ ਪਰ ਪੁਲਿਸ ਨੇ ਇਹਨਾਂ ਨੂੰ ਪਿੰਡ ਰੋਜਕਾ ਮਯੋ ਦੇ ਵਿੱਚ ਪਹੁੰਚਦਿਆਂ ਹੀ ਅੱਗੇ ਜਾਣ ਤੋਂ ਰੋਕ ਦਿੱਤਾ। ਸੰਸਦ ਮੈਂਬਰ ਦਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਉਹ ਹਿੰਸਾ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਜਾਣਨਾ ਚਾਹੁੰਦੇ ਸੀ ਪਰ ਪੁਲਿਸ ਨੇ ਜਾਣ ਹੀ ਨਹੀਂ ਦਿੱਤਾ। ਕਹਿੰਦੇ ਜੇ ਪੁਲਿਸ ਉਸ ਦਿਨ ਲਾਈ ਹੁੰਦੀ ਤਾਂ ਦੰਗੇ ਹੀ ਨਾ ਪੜਕਦੇ। ਹੁਣ ਲਾਉਣ ਦਾ ਕੀ ਫਾਇਦਾ? ਸੋ ਕਾਂਗਰਸ ਦੇ ਵਫ਼ਦ ਨੂੰ ਤਾਂ ਨੂਦਾ ਦਾ ਦੌਰਾ ਕਰਨ ਜਾਣ ਨਹੀਂ ਦਿੱਤਾ ਪਰ ਹਰਿਆਣਾ ਬੀਜੇਪੀ ਦਾ ਵਫ਼ਦ ਅੱਜ ਨੂਦਾ ਦਾ ਦੌਰਾ ਕਰਨ ਜਾਵੇਗਾ। ਸਥਿਤੀ ਦਾ ਜਾਇਜ਼ਾ ਲਵੇਗਾ। ਇਸ ਦੀ ਅਗਵਾਈ ਬੀਜੇਪੀ ਦੇ ਹਰਿਆਣਾ ਬੀਜੇਪੀ ਦੇ ਮੁਖੀ ਓਪੀ ਤਨਖੜ ਕਰਨਗੇ। ਇਨਾ ਫਿਰਕੂ ਦੰਗਿਆਂ ਦੇ ਸੰਬੰਧ ਵਿੱਚ ਪੁਲਿਸ ਦੀ ਜਾਣਕਾਰੀ ਮੁਤਾਬਕ ਹੁਣ ਤੱਕ 312 ਜਣੇ ਗ੍ਰਿਫਤਾਰ ਹੋ ਚੁੱਕੇ ਨੇ 106 ਜਣਿਆਂ ਨੂੰ ਨਜ਼ਰਬੰਦ ਕੀਤਾ ਗਿਆ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਨੂ ਗੁਰੂਗ੍ਰਾਮ ਫਰੀਦাবাদ ਪਲਵਲ ਰਿਵਾੜੀ ਪਾਣੀਪੱਤੇ ਭਵਾਨੀ ਜਿੱਥੇ 142 ਪਰਚੇ ਦਰਜ ਕੀਤੇ ਗਏ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਵੀ ਪ੍ਰਸ਼ਾਸਨ ਦੀ ناکامی ਮੰਨ ਰਹੇ ਨੇ ਕਹਿੰਦੇ ਨੂ ਵਿੱਚ ਸਥਿਤੀ ਦਾ ਪਤਾ ਸਹੀ ਢੰਗ ਦੇ ਨਾਲ ਨਹੀਂ ਲੱਗ ਸਕਿਆ ਯਾਨੀ ਕਿ ਪ੍ਰਸ਼ਾਸਨ ਵੱਲੋਂ ਸਥਿਤੀ ਦਾ ਸਹੀ ਢੰਗ ਨਾਲ ਪਤਾ ਲਾਉਣ ਛਾਟ ਰਹਿ ਗਈ ਤੇ ਨੂੰ ਦੇ ਵਿੱਚ ਭਾਵੇਂ ਪੰਜਾਬ ਰੈਣਾ ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਇਥੇ ਕਥਿਤ ਨਜਾਇਜ਼ ਉਸਾਰੀਆਂ ਢਾਉਣ ਦਾ ਕੰਮ ਰੋਕ ਦਿੱਤਾ ਗਿਆ ਪਰ 4 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਤੇ ਮਕਾਨ ਢਾ ਦਿੱਤੇ ਗਏ ਨੇ ਤੇ ਬੇਕਾਰ ਹੋਏ ਲੋਕਾਂ ਦੇ ਮੁੜ ਵਸੇਬੇ ਲਈ ਜਮiyet ਉਲੇਮਾ ਇਹ ਹਿੰਦ ਨੇ ਸੁਪਰੀਮ ਕੋਰਟ ਤਾਰ ਰੁਖ ਕੀਤਾ ਹੈ ਉਹਨਾਂ ਕਿਹਾ ਕਿ ਭਾਵੇਂ ਪੰਜਾਬ ਰੈਣਾ ਹਾਈ ਕੋਰਟ ਨੇ ਨਜਾਇਜ਼ ਉਸਾਰੀਆਂ ਢਾਉਣ ਤੇ ਰੋਕ ਲਾ ਦਿੱਤੀ ਹੈ ਪਰ ਲੋਕਾਂ ਦੇ ਮੁਰ ਵਸੇਬੇ ਬਾਰੇ ਕੋਈ ਹੁਕਮ ਜਾਰੀ ਨਹੀਂ ਕੀਤਾ ਮਣੀਪੁਰ ਦੀ ਗੱਲ ਕਰ ਲਈਏ ਤਾਂ ਇੱਥੇ ਪੁਲਿਸ ਨੇ ਐਫ ਆਈ ਆਰ ਦਰਜ ਕਰਕੇ ਅਸਾਮ ਰਾਈਫਲਸ ਤੇ ਪੁਲਿਸ ਦੇ ਵਾਹਨ ਨੂੰ ਰੋਕਣ ਦਾ ਦੋਸ਼ ਲਾਇਆ ਹੈ ਪਿਛਲੇ ਹਫਤੇ ਦੋ ਤੜਾਂਮਚਲੇ ਟਕਰਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਯਾਨੀ ਕਿ ਨੀਮ ਫੌਜੀ ਬਲ ਤੇ ਪੁਲਿਸ ਦਾ ਵਾਹਨ ਰੋਕਣ ਦਾ ਦੋਸ਼ ਲੱਗਿਆ ਨਾਗਾ ਭਾਈ ਚਾਰੇ ਦੀਆਂ ਰੈਲੀਆਂ ਦੇ ਮੱਦੇਨਜ਼ਰ ਮਣੀਪੁਰ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਵੀ ਸਖਤ ਕੀਤੇ ਗਏ ਨੇ ਤੇ ਭਾਜਪਾ ਦੀ ਮਣੀਪੁਰੀ ਕਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਿੱਧੇ ਤੰਕੇ ਸੇ ਹੋਰ ਨੀਮ ਫੌਜੀ ਬਲ ਨੂੰ ਤਨਾਤ ਕੀਤਾ ਜਾਵੇ